2024 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਸਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਨੈਤਿਕ ਹਾਰ ਕਬੂਲ ਕਰ ਲਈ ਕਿਉਂਕਿ ਜਿਹੜੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਹਦੇ 'ਚ 5 ਮੰਤਰੀ 2 ਤਿਤਲੀਆਂ ਤੇ 1 ਕਲਾਕਾਰ ਤਿਤਲੀਆਂ ਤਾਂ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਦੂਜੀ ਪਾਰਟੀ 'ਚ ਆਇਆਂ ਨੂੰ ਸੋ ਸੁਸ਼ੀਲ ਰਿੰਕੂ ਹੋਣ ਜੀਪੀ ਹੋਣ ਇਹ ਨੇ ਤਿਤਲੀਆਂ ਸੋ ਅੱਜ ਪਹਿਲਾਂ ਤਾਂ 2 ਮਿੰਟ ਦਾ ਮੌਨ ਬਣਦਾ ਹੈ ਆਮ ਆਦਮੀ ਪਾਰਟੀ ਦੇ ਉਹ ਦਰੀਆਂ ਵਿਛਾਉਣ ਵਾਲੇ ਵਰਕਰਾਂ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਹੈ ਆਮ ਘਰਾਂ ਦੇ ਨੌਜਵਾਨ ਨੂੰ ਇਹ ਮੌਕਾ ਦੇਵੇਗੀ ਪਰ ਨਹੀਂ ਇਹ ਤਾਂ ਮੰਤਰੀਆਂ ਨੂੰ ਕਲਾਕਾਰਾਂ ਨੂੰ ਤਿਤਲੀਆਂ ਨੂੰ ਮੌਕਾ ਦੇਣ ਵਾਲੀ ਪਾਰਟੀ ਹੈ ਔਰ ਅੱਜ ਪੰਜਾਬ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਮੰਤਰੀਆਂ ਨੂੰ ਚੋਣ ਕਿਉਂ ਲੜਾਈ ਜਾ ਰਹੀ ਹੈ ਕਿਉਂਕਿ ਮੰਤਰੀ ਤਾਂ ਪੰਜਾਬ ਦੀ ਬਿਹਤਰੀ ਲਈ ਬਣਾਏ ਸੀ ਪੰਜਾਬ ਦੇ ਲੋਕਾਂ ਤੱਕ ਪਾਲਿਸੀਆਂ ਪਹੁੰਚਾਉਣ ਦੇ ਲਈ ਬਣਾਏ ਸੀ ਉਹਨਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਬਣਾਏ ਸੀ ਕਿ ਮੰਤਰੀਆਂ ਨੂੰ ਸਿਰਫ ਇਸ ਗੱਲ ਕਰਕੇ ਚੋਣ ਲੜਾਈ ਜਾ ਰਹੀ ਹੈ ਕਿਉਂਕਿ ਸਾਰੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਹਾਰ ਰਹੀ ਹੈ ਤਾਂ ਜੋ ਇਹ ਮੰਤਰੀ ਆਪਣਾ ਦਬਦਬਾ ਆਪਣੀ ਕੁਰਸੀ ਦਾ ਦੁਰਉਪਯੋਗ ਕਰਕੇ ਆਮ ਆਦਮੀ ਪਾਰਟੀ ਲਈ ਚੋਣਾਂ ਜਿੱਤ ਸਕਣ ਸੋ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਤੋਂ ਅਸਤੀਫੇ ਲੈ ਜਾਣ ਤਾਂ ਜੋ ਇਹ ਆਪਣੇ ਅਹੁਦੇ ਦਾ ਦੁਰਉਪਯੋਗ ਨਾ ਕਰਨ ਔਰ ਆਮ ਆਦਮੀ ਪਾਰਟੀ ਨੂੰ ਇੱਕ ਨਸੀਹਤ ਹੈ ਕਿ ਜਿਹੜੇ 92 MLA ਤੁਹਾਨੂੰ ਪੰਜਾਬ ਦੀ ਬਿਹਤਰੀ ਲਈ ਦਿੱਤੇ ਸੀ ਉਹਨਾਂ ਤੋਂ ਪੰਜਾਬ ਦੇ ਲਈ ਕੰਮ ਲਓ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਲਓ ਲੋਕਾਂ ਦੀ ਭਲਾਈ ਦੇ ਲਈ ਕੰਮ ਲਓ ਇਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਚੋਣਾਂ ਦੇ ਵਿੱਚ ਝੋਕ ਕੇ ਆਮ ਆਦਮੀ ਪਾਰਟੀ ਨੇ ਇੱਕ ਵੀ ਚੋਣ ਨਹੀਂ ਜਿੱਤ ਲੈਣੀ ਉਰੇ ਕਰਾਰੀ ਹਾਰ ਹੋਣੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗਠਬੰਧਨ ਹੈ ਪੰਜਾਬ ਦੇ ਵਿੱਚ ਲੁਕਿਆ ਹੋਇਆ ਜਿਹੜਾ ਚੋਣਾਂ ਤੋਂ ਬਾਅਦ ਇਕੱਠੇ ਹੀ ਹੋ ਤੁਸੀਂ ਉਹ ਪਏ ਕਹਿੰਦੇ ਹੀ ਹੋ ਸੋ ਇਹਨੂੰ ਲੋਕ ਬੁਰੇ ਤਰੀਕੇ ਦੇ ਨਾਲ ਨਕਾਰ ਦੇਣਗੇ ਇਹ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ ਜੀ ਹਾਂ ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ ਕੁਰਤੀਜ਼ ਔਰ ਫੈਬਰਿਕਸ ਸਬਸੇ ਸਸਤਾ ਸਬਸੇ ਅੱਛਾ ਡਿਫੈਂਸ ਰੋਡ ਮਮੂਨ ਪਠਾਨਕੋਟ ਕੰਟੈਕਟ 9614196141